ਭਾਰਤ ਵੱਲੋਂ ਕਾਫੀ ਸਾਰੇ ਮੰਤਰੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉਹ ਵੀ ਉੱਥੇ ਗਏ ਅਤੇ ਕੁਛ ਤਸਵੀਰਾਂ ਨੂੰ ਲੈ ਕੇ ਜਿਹੜਾ ਹੈ ਕਾਫੀ ਮਤਭੇਦ ਹੋਇਆ ਉਸ ਦੇ ਵਿੱਚ ਜਿਹੜਾ ਵੱਡਾ ਮਤਭੇਦ ਗੋਪਾਲ ਸਿੰਘ ਚਾਵਲਾ ਦੇ ਨਾਲ ਤਸਵੀਰ ਨੂੰ ਲੈ ਕੇ ਹੋਇਆ ਭਾਵੇਂ ਉਹ ਨਵਜੋਤ ਸਿੰਘ ਸਿੱਧੂ ਦੀ ਸੀ ਅਤੇ ਭਾਵੇਂ ਗੋਬਿੰਦ ਸਿੰਘ ਲੌਂਗੋਵਾਲ ਹੋਣਾ ਦੀ ਸੀ ਉਹਨਾਂ ਦੀ ਤਸਵੀਰ ਸਾਹਮਣੇ ਆਈ ਜਿਸ ਨੂੰ ਲੈ ਕੇ ਭਾਰਤੀ ਮੀਡੀਆ ਨੇ ਖਾਸ ਕਰਕੇ ਪੰਜਾਬ ਦੇ ਮੀਡੀਆ ਨੇ ਉਸ ਨੂੰ ਕਾਫੀ ਜ਼ਿਆਦਾ ਉਛਾਲਿਆ ਅਵਤਾਰ ਸਿੰਘ ਜੀ ਕੀ ਕਹੋਗੇ ਤੁਸੀਂ ਵੀ ਜੇ ਉੱਥੇ ਗਏ ਹੈਗੇ ਆ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੇ ਨਾਲ ਤਸਵੀਰ ਹੋਣਾ ਕੀ ਕੋਈ ਮਾੜੀ ਗੱਲ ਹੈ? ਅਸਲ 'ਚ ਜੇ ਆਪਾਂ ਕਹੀਏ ਜਦੋਂ ਆਪਾਂ ਇਸ ਐਪੀਸੋਡ ਨੂੰ ਦੇਖਦੇ ਹਾਂ ਨਾ ਤਾਂ ਸਾਨੂੰ ਇਹ ਕਹਿਣ ਵਿੱਚ ਕੋਈ ਵੀ ਉਹ ਨਹੀਂ ਹੈਗਾ ਵੀ ਦਰਦ ਨਹੀਂ ਹੈਗਾ ਵੀ ਭਾਰਤੀ ਮੀਡੀਆ ਜਿਹੜਾ ਖਾਸ ਕਰਕੇ ਜਿਹਦੇ 'ਤੇ ਅਲੀਟ ਹਿੰਦੂ ਵਰਗ ਦਾ ਕਬਜ਼ਾ ਹੈ ਜੀ ਉਹ ਆਪਣੀ ਸਿੱਖ ਵਿਰੋਧੀ ਨਫ਼ਰਤ ਨੂੰ ਨਵਜੋਤ ਸਿੰਘ ਸਿੱਧੂ ਰਾਹੀਂ ਬਾਹਰ ਕੱਢ ਰਿਹਾ ਵੀ ਨਵਜੋਤ ਸਿੰਘ ਸਿੱਧੂ ਦੇ ਓਹਲੇ 'ਚ ਰੱਖ ਕੇ ਉਹ ਸਿੱਖ ਵਿਰੋਧੀ ਨਫ਼ਰਤ ਦਾ ਪ੍ਰਗਟਾਵਾ ਕਰ ਰਿਹਾ ਜਿਹੜੀ ਕਿ ਉਹ ਸਦੀਆਂ ਤੋਂ ਵਸੀ ਹੋਈ ਉਹਨਾਂ ਦੇ ਮਨਾਂ ਵਿੱਚ ਉਹ ਇੰਨੀਆਂ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਕੁਰਬਾਨੀਆਂ ਅਤੇ ਇੰਨੇ ਅਹਿਸਾਨਾਂ ਦੇ ਬਾਵਜੂਦ ਵੀ ਉਹ ਸਿੱਖਾਂ ਨੂੰ ਇੱਕ ਦੁਸ਼ਮਣੀ ਦੀ ਭਾਵ ਨਾਲ ਦੇਖਦੇ ਨੇ ਸੋ ਉਹ ਨਫ਼ਰਤ ਲਗਾਤਾਰ ਕੱਢ ਰਹੇ ਨੇ ਉਹਦੇ 'ਚੋਂ ਪਹਿਲਾਂ ਜਦੋਂ ਉਹਨਾਂ ਦੀ ਮਿਸਟਰ ਬਾਜਵਾ ਨਾਲ ਜਿਹੜੀ ਜੱਫੀ ਪਾਈ ਸੀ ਉਹਨੂੰ ਕਈ ਦਿਨ ਲੱਗੇ ਰਹੇ ਅਤੇ ਹੁਣ ਇੱਕ ਕੋਈ ਗੋਪਾਲ ਸਿੰਘ ਚਾਵਲਾ ਨਾਂ ਦਾ ਵਿਅਕਤੀ ਹੈ ਪਹਿਲੀ ਵਾਰ ਦੇਖਿਆ ਮੈਂ ਹਾਲਾਂਕਿ ਮੈਂ ਜਰਨਲਿਸਟ ਹਾਂ ਜਿਹੜੀ ਨਿਗਾਹ ਰੱਖਦਾ ਵੀ ਪਾਕਿਸਤਾਨ 'ਚ ਸਿੱਖ ਸਰਗਰਮੀਆਂ ਕੀ ਨੇ ਹਿੰਦੁਸਤਾਨ 'ਚ ਕੀ ਨੇ ਵਰਲਡ ਇਕੋਨਮੀ ਦੀਆਂ ਜਾਂ ਵਰਲਡ ਪੋਲੀਟਿਕਸ ਦੀ ਨਿਗਾਹ ਹੁੰਦੀ ਹੈ ਜਿਹੜੀ ਮੈਨੂੰ ਪਹਿਲੀ ਵਾਰ ਉਸ ਬੰਦੇ ਦਾ ਪਤਾ ਲੱਗਿਆ ਹੈਗਾ ਅਤੇ ਉਹਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਆਈ ਹੈ ਉਹ ਨਵਜੋਤ ਸਿੰਘ ਸਿੱਧੂ ਨਾਲ ਵੀ ਖੜ੍ਹਾ ਗੋਬਿੰਦ ਸਿੰਘ ਲੌਂਗੋਵਾਲ ਨਾਲ ਵੀ ਖੜ੍ਹਾ ਅਤੇ ਜਦੋਂ ਨੀਂਹ ਪੱਥਰ ਰੱਖਿਆ ਜਾਂਦਾ ਉਹ ਜਿਹੜੀ ਗਰੁੱਪ ਫੋਟੋ ਆ ਜਿਹਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਇਮਰਾਨ ਖਾਨ ਅਤੇ ਹਰਦੀਪ ਸਿੰਘ ਪੁਰੀ ਜਿਹੜੇ ਭਾਰਤ ਦੇ ਮਿਨਿਸਟਰ ਸੀਗੇ ਉਹ ਸਾਰਿਆਂ ਨਾਲ ਗਰੁੱਪ ਫੋਟੋ ਵਿੱਚ ਵੀ ਖੜ੍ਹਾ ਅਤੇ ਬੜਾ ਵੱਡਾ ਵਿਵਾਦ ਹੈ ਵੀ ਉਹ ਖਾਲਿਸਤਾਨੀ ਆ ਜਾਂ ਕਿਸ ਤਰ੍ਹਾਂ ਜਾਣੀ ਕਾਫੀ ਕੁਛ ਜੋ ਅਸੀਂ ਦੇਖਿਆ ਜਿਹੜੀ ਨਫ਼ਰਤ ਸਾਹਮਣੇ ਆਈ ਉਹ ਨਫ਼ਰਤ ਉਹਨਾਂ ਨੂੰ ਸਵਾਗਤ ਆ ਅਤੇ ਉਹ ਕਰਦੇ ਰਹਿਣ ਉਹ ਕਰਦੇ ਵੀ ਰਹਿਣਗੇ ਮਤਲਬ ਕਿ ਸਾਨੂੰ ਲੱਗਦਾ ਅਤੇ ਹੁਣ ਇੱਕ ਇੱਕ ਕਿਸੇ ਗੰਭੀਰ ਪੱਤਰਕਾਰ ਨੇ ਦਾ ਪ੍ਰਿੰਟ ਨਾਂ ਦੀ ਜਿਹੜੀ ਵੈਬਸਾਈਟ ਆ ਉਹਨਾਂ ਨੇ ਉਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਹੈ ਇਨਵੈਸਟੀਗੇਟਿਵ ਜਰਨਲਿਜ਼ਮ ਦਾ ਜਿਹੜਾ ਟ੍ਰੈਂਡ ਆਇਆ ਉਹਦੇ 'ਚ ਉਹਨਾਂ ਨੇ ਗੋਪਾਲ ਸਿੰਘ ਚਾਵਲਾ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਭਾਰਤ ਦੀ ਇੰਟੈਲੀਜੈਂਸ ਆਫਿਸਰਸ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਭਾਰਤੀ ਇੰਟੈਲੀਜੈਂਸ ਆਫਿਸਰਸ ਕਹਿੰਦੇ ਵੀ ਉਹ ਗੋਪਾਲ ਸਿੰਘ ਚਾਵਲਾ ਨਾਂ ਦਾ ਵਿਅਕਤੀ ਸਾਨੂੰ ਕਿਸੇ ਵੀ ਕੋਈ FIR ਦਰਜ ਨਹੀਂ ਹੈਗੀ ਸਾਨੂੰ ਕਿਸੇ ਵੀ ਐਕਟੀਵਿਟੀ ਵਿੱਚ ਉਹਦੀ ਸ਼ਮੂਲੀਅਤ ਨਜ਼ਰ ਨਹੀਂ ਆਈ ਉਹ ਕਿਤੇ ਵੀ ਸ਼ਾਮਲ ਨਹੀਂ ਹੈ ਹੈ ਨਾ ਅਤੇ ਪਰ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ ਹੈਗਾ ਅਤੇ ਗੋਪਾਲ ਸਿੰਘ ਚਾਵਲਾ ਨਾਲ ਵੀ ਉਹ ਦਾ ਪ੍ਰਿੰਟ ਨੇ ਗੱਲਬਾਤ ਕੀਤੀ ਆ ਉਹ ਕਹਿੰਦਾ ਵੀ ਹਾਂ ਮੈਂ ਸੈਪਰੇਟ ਸਿੱਖ ਰਾਜ ਆ ਜਿਹੜਾ ਉਹਦੀ ਹਮਾਇਤ ਕਰਦਾ ਪਰ ਮੈਂ ਕਿਸੇ ਟੈਰਰਿਸਟ ਐਕਟੀਵਿਟੀ ਵਿੱਚ ਸ਼ਾਮਲ ਨਹੀਂ ਹੈ ਔਰ ਨਾ ਹੀ ਮੈਂ ਹਮਾਇਤ ਕਰਦਾ ਨਾ ਮੈਂ ਮਤਲਬ ਕਿ ਟੈਰਰਿਜ਼ਮ ਦੀ ਹਮਾਇਤ ਕਰਦਾ ਸੋ ਇਹ ਸਾਰਾ ਜਿਸ ਤਰ੍ਹਾਂ ਫਿਰ ਕਿਸੇ ਨੇ ਸੋਸ਼ਲ ਮੀਡੀਆ 'ਤੇ ਪਾਇਆ ਵੀ ਉਹ ਇੰਡੀਅਨ ਇੰਟੈਲੀਜੈਂਸ ਨੂੰ ਜਾਂ ਕਿਸੇ ਨੂੰ ਨਹੀਂ ਚਾਹੀਦਾ ਪਰ ਭਾਰਤੀ ਮੀਡੀਆ ਲਈ ਵਾਂਟਡ ਆ ਉਹ ਅਤੇ ਭਾਰਤੀ ਮੀਡੀਆ ਹੁਣ ਇਸ ਲੈਵਲ ਤੱਕ ਗਿਰ ਗਿਆ ਹੋਇਆ ਤੁਸੀਂ ਦੇਖੋ ਵੀ ਜੇ ਕੈਨੇਡਾ ਦਾ ਰੱਖਿਆ ਮੰਤਰੀ ਬੰਦਾ ਹੋਵੇ ਹੁਣ ਤੁਸੀਂ ਕੈਨੇਡੀਅਨ ਪਾਲਿਸੀ ਤੁਸੀਂ ਦੇਖੋ ਵੀ ਉਹਦੇ 'ਤੇ ਟੈਰਰਿਸਟ ਦਾ ਤੁਸੀਂ ਇਲਜ਼ਾਮ ਲਾ ਰਹੇ ਹੋ ਕੈਨੇਡਾ ਦੀ ਜਿਹੜੀ ਜਿਹੜੇ ਬੰਦੇ ਕੈਨੇਡਾ ਆਉਂਦੇ ਜਾਂਦੇ ਨੇ ਜਿਹੜੇ ਕੈਨੇਡੀਅਨ ਇਮੀਗ੍ਰੇਸ਼ਨ ਨਾਲ ਜਿਹਨਾਂ ਦਾ ਵਾਹ ਵਾਸਤਾ ਪਿਆ ਉਹਨਾਂ ਸਾਰਿਆਂ ਨੂੰ ਪਤਾ ਵੀ ਕੈਨੇਡੀਅਨ ਇਮੀਗ੍ਰੇਸ਼ਨ ਇਸ ਵੇਲੇ ਇੰਨੀ ਸਖਤ ਹੈਗੀ ਹੈ ਵੀ ਜਿਹੜੇ ਕਿਸ ਕੋਈ ਵੀ ਜਿਹਨਾਂ ਨੇ ਪਿਛਲੇ 30-35 ਸਾਲਾਂ 'ਚ ਉਸ ਲਹਿਰ ਲਈ ਸਰਗਰਮੀ ਕੀਤੀ ਆ ਉਹਨਾਂ ਸਾਰਿਆਂ ਦਾ ਰਿਕਾਰਡ ਕੈਨੇਡੀਅਨ ਇਮੀਗ੍ਰੇਸ਼ਨ ਕੋਲ ਆ ਇੱਥੋਂ ਇੰਗਲੈਂਡ ਤੋਂ ਗੁਰਮੇਜ ਸਿੰਘ ਗਿੱਲ ਨੇ ਅਤੇ ਪਰਮਿੰਦਰ ਸਿੰਘ ਬਾਲ ਨੇ ਜਿਹੜੇ ਮਤਲਬ ਕਿ ਇੱਕ ਤਰ੍ਹਾਂ ਨਾਲ ਗੁਰਦੁਆਰਿਆਂ ਦੇ ਸਟੇਜਾਂ 'ਤੇ ਬੋਲਣ ਵਾਲੇ ਆ ਜਾਣੀ ਉਹਨਾਂ ਦੋਹਾਂ ਨੂੰ ਉੱਥੇ ਫੜ ਕੇ ਰੱਖਿਆ ਗਿਆ ਬਿਠਾਲਿਆ ਗਿਆ ਦੋਹਾਂ 'ਤੇ ਪਾਬੰਦੀ ਲਾਈ ਗਈ ਹੈ ਜਿਹੜਾ ਵੀ ਸਿੱਖ ਉੱਥੇ ਜਾਂਦਾ ਜਿਹਦੀਆਂ ਪਿਛਲੇ 30-35 ਸਾਲਾਂ 'ਚ ਜੋ ਐਕਟੀਵਿਟੀਆਂ ਸਰਗਰਮੀਆਂ ਰਹੀਆਂ ਚੈੱਕ ਹੋਈਆਂ ਅਤੇ ਉਹਨਾਂ ਨੂੰ ਬੈਨ ਕੀਤਾ ਜਾਂਦਾ ਵੀ ਤੁਸੀਂ ਕੰਟਰੀ 'ਚ ਨਹੀਂ ਵੜ ਸਕਦੇ ਉਹ ਬੰਦੇ ਉਹ ਦੇਸ਼ ਜਿਹੜਾ ਇਸ ਤਰ੍ਹਾਂ ਦੇ ਬੈਨ ਲਾ ਰਿਹਾ ਜੀ ਤੁਸੀਂ ਕਹੋ ਵੀ ਉਹ ਇਹ ਇੱਕ ਟੈਰਰਿਸਟ ਸਿੰਪੇਥਾਈਜ਼ਰ ਨੂੰ ਆਪਣਾ ਰੱਖਿਆ ਮੰਤਰੀ ਬਣਾਊਗਾ ਮਤਲਬ ਕਿ ਇੱਕ ਜਿਹੜੇ ਬੰਦੇ ਇੱਕ ਸਧਾਰਨ ਸਿੱਖ ਨੂੰ ਅੰਦਰ ਨਹੀਂ ਵੜਨ ਦਿੰਦੇ ਕੈਨੇਡਾ 'ਚ ਜਿਹਦੀਆਂ ਮਾੜੀਆਂ ਮੋਟੀਆਂ ਉਹ ਵੀ ਕੋਈ ਟੈਰਰਿਸਟ ਐਕਟੀਵਿਟੀ ਨਹੀਂ ਹੈਗੀਆਂ ਜਸਟ ਉਹ ਗੁਰਦੁਆਰਿਆਂ ਦੀਆਂ ਸਟੇਜਾਂ 'ਤੇ ਖਾਲਿਸਤਾਨ ਦੇ ਹੱਕ 'ਚ ਪ੍ਰਚਾਰ ਕਰਦੇ ਆ ਬੰਦੇ ਵੀ ਕੋਈ ਆਰਮਡ ਵਾਇਲੈਂਸ ਵਿੱਚ ਨਹੀਂ ਹੈਗੇ ਕੋਈ FIR ਨਹੀਂ ਵੀ ਉਹਨਾਂ ਨੂੰ ਵੀ ਉਹ ਆਪਣੇ ਦੇਸ਼ 'ਚ ਐਂਟਰ ਨਹੀਂ ਹੋਣ ਦੇ ਰਹੇ ਅਤੇ ਉਹ ਰੱਖਿਆ ਮੰਤਰੀ ਕਿੱਦਾਂ ਬਣਾ ਦੇਣਗੇ ਇੱਕ ਟੈਰਰਿਸਟ ਸਿੰਪਥਾਈਜ਼ਰ ਬਿਲਕੁਲ ਜਾਂ ਹੋਰ ਮੰਤਰੀ ਕਿੱਦਾਂ ਬਣਾ ਦੇਣਗੇ ਦੂਜਾ ਇੱਥੇ ਹੀ ਬਸ ਨਹੀਂ ਹੋਈ ਵੀ ਬਿਲਕੁਲ ਜ਼ਿੰਮੇਵਾਰੀ ਦੀ ਕੋਈ ਭਾਵਨਾ ਨਹੀਂ ਜਿਹੜੇ ਵੀ ਸਿੱਖ ਦੇ
ਕੇਸ ਦਾੜੀ ਨੇ ਆ ਜਿਹੜਾ ਅੰਮ੍ਰਿਤਧਾਰੀ ਹੈ ਉਹ ਤੇ ਟੈਰਰਿਜ਼ਮ ਦਾ ਲੇਬਲ ਲੱਗਦਾ। ਈਵਨ ਤਲਮਨਜੀਤ ਸਿੰਘ ਢੇਸੀ ਇੱਥੋਂ ਦੇ ਬਰਤਾਨੀਆ ਦੇ ਮੈਂਬਰ ਆਫ ਪਾਰਲੀਮੈਂਟ ਨੇ ਜੀ, ਔਰ ਸਾਰਿਆਂ ਨੂੰ ਪਤਾ ਵੀ ਉਹ ਬਾਦਲ ਪਰਿਵਾਰ ਦੇ ਬਹੁਤ ਨੇੜੇ ਆ। ਹੁਣ ਉਹਨਾਂ ਦੇ ਪਿਤਾ ਜੀ ਬਾਦਲ ਪਰਿਵਾਰ ਦੇ ਬਹੁਤ ਨੇੜੇ ਆ, ਤੇ ਇੱਕ ਤਰ੍ਹਾਂ ਨਾਲ ਜਿਹੜੀ ਹਰ ਮੀਡੀਆ ਨੂੰ ਹਰ ਸਿੱਖ ਨੂੰ ਪਤਾ ਹੈਗਾ ਉਹਨਾਂ ਦੀ ਬਾਦਲ ਪਰਿਵਾਰ ਨਾਲ ਨੇੜਤਾ, ਜਿਹੜੇ ਉਹਨਾਂ ਤੇ ਵੀ ਖਾਲਿਸਤਾਨੀ ਟੈਰਰਿਸਟ ਦਾ ਇਲਜ਼ਾਮ ਇੱਕ ਹਿੰਦੀ ਚੈਨਲ ਨੇ ਲਾ ਦਿੱਤਾ। ਮੈਂਬਰ ਆਫ ਪਾਰਲੀਮੈਂਟ ਨੇ ਉਹ ਯੂਕੇ ਦੇ, ਬੀਬੀ ਪ੍ਰੀਤ ਕੌਰ ਗਿੱਲ ਆ ਜੀ, ਜਾਣੀ ਉਹ ਮੈਂਬਰ ਆਫ ਪਾਰਲੀਮੈਂਟ ਨੇ ਯੂਕੇ 'ਚ, ਉਹਨਾਂ ਤੇ ਵੀ ਟੈਰਰਿਸਟ ਸਿੰਪਥਾਈਜ਼ਰ ਦਾ ਇਲਜ਼ਾਮ ਲਾ। ਤੁਸੀਂ ਦੱਸੋ ਵੀ ਮਤਲਬ ਕਿਤਨਾ ਕਿਤੇ ਕੋਈ ਕੋਈ ਤਾਂ ਜ਼ਿੰਮੇਵਾਰੀ ਹੋ ਗਈ ਆ ਇਹਦੇ ਨਾਲ। ਇਹਦੇ ਨਾਲ ਜੇ ਉੱਥੇ ਜੇ ਮੀਡੀਆ ਇਸ ਤਰੀਕੇ ਦੀਆਂ ਕਾਰਵਾਈਆਂ ਕਰਦਾ ਤਾਂ ਕਿਤੇ ਨਾ ਕਿਤੇ ਉਹ ਕੌਮ ਨੂੰ ਸੋਚਣ ਲਈ ਮਜਬੂਰ ਨਹੀਂ ਕਰਦਾ ਕਿ ਜੇ ਤੁਹਾਡੇ ਸਿਰ 'ਤੇ ਪੱਗ ਬੰਨੀ ਹੈ, ਤੁਸੀਂ ਸਿੱਖੀ ਸਰੂਪ ਦੇ ਵਿੱਚ ਹੋ, ਤੁਸੀਂ ਅੰਮ੍ਰਿਤ ਛਕਿਆ ਹੋਇਆ ਅਤੇ ਤੁਸੀਂ ਆਪਣੇ ਆਪ ਹੀ ਖਾਲਿਸਤਾਨੀ ਹੋ। ਹਾਂ ਬਿਲਕੁਲ, ਮਤਲਬ ਕਿ ਉਹ ਕਹਿਣ ਦਾ ਤਾਂ ਇਹੀ ਮਤਲਬ ਹੋਇਆ ਨਾ ਜੀ ਵੀ, ਅਤੇ ਉਹਦੇ 'ਚੋਂ ਤੁਸੀਂ ਦੇਖ ਸਕਦੇ ਹੋ ਵੀ ਇਹਦੇ 'ਚ ਜੇ ਸਭ ਤੋਂ ਕੋਈ ਚੰਗਾ ਸਟੈਂਡ ਜਿਹਨੇ ਲਿਆ ਜੀ, ਹਾਲਾਂਕਿ ਆਪਣੇ ਸਿਆਸੀ ਤੌਰ 'ਤੇ ਬਹੁਤ ਵੱਡੇ ਮਤਭੇਦ ਹੋ ਸਕਦੇ ਆ ਮਨਿੰਦਰਜੀਤ ਸਿੰਘ ਬਿੱਟੇ ਨਾਲ ਜੀ 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 ਜੀ, ਉਹਨੇ ਸਟੈਂਡ ਲਿਆ ਕਹਿੰਦਾ ਵੀ 500-400 ਬੰਦਿਆਂ ਲਈ ਤੁਸੀਂ ਸਾਰੇ ਸਿੱਖ ਕੌਮ ਨੂੰ ਥੋੜ੍ਹਾ ਬਦਨਾਮ ਕਰ ਸਕਦੇ ਹੋ, ਹੈ ਨਾ। ਉਹਦੀ ਇੱਕ ਇੰਟਰਵਿਊ ਵਾਇਰਲ ਹੋਈ ਆ ਜੀ ਜੀ ਜੀ, ਉਹ ਕਹਿੰਦਾ ਵੀ ਮਤਲਬ ਕਿ ਤੁਸੀਂ ਕੁਛ ਬੰਦਿਆਂ ਦੀਆਂ ਗਲਤੀਆਂ ਕਹੀਆਂ, ਉਹਨੇ ਗਲਤੀਆਂ ਕਹੀਆਂ, ਚਲੋ ਆਪਾਂ ਗਲਤੀਆਂ ਹੈਗੀਆਂ ਨਹੀਂ ਉਹ ਵੱਖਰੀ ਗੱਲ ਆ, ਕਹਿੰਦਾ ਵੀ ਸਾਰੀ ਸਿੱਖ ਕੌਮ ਨੂੰ ਤੁਸੀਂ ਕਿੱਦਾਂ ਟੈਰਰਿਸਟ ਕਹਿ ਸਕਦੇ ਹੋ ਜੀ, ਹੈ ਨਾ। ਵੀ ਇਹ ਆ ਵੀ ਜੇ ਇਹ ਭਾਵਨਾ ਹੋਵੇ ਤਾਂ ਮਸਲੇ ਕਿਤੇ ਨਾ ਕਿਤੇ ਸੁਧਾਰੇ ਜਾ ਸਕਦੇ ਆ, ਨਹੀਂ ਤੁਸੀਂ ਇੱਕ ਆਪਣੀ TRP ਵਧਾਉਣ ਲਈ ਜਾਂ ਹਿੰਦੂਆਂ ਵਿੱਚ ਦਹਿਸ਼ਤ ਪਾਉਣ ਲਈ ਜਾਂ ਵੋਟਾਂ ਹਥਿਆਉਣ, ਮਤਲਬ ਕਿ ਤੁਸੀਂ ਕਿੰਨੇ ਨੀਵੇਂ ਗਿਰ ਜਾਂਦੇ ਹੋ ਯਾਰ, ਮਤਲਬ ਕਿ ਇੰਨਾ ਨੀਵਾਂ ਤਾਂ ਇੱਥੋਂ ਦੇ ਜਿਹੜੇ ਟੈਬਲੇਟ ਨਿਊਜ਼ ਪੇਪਰ ਆ ਉਹ ਵੀ ਨਹੀਂ ਗਿਰਦੇ, ਉਹ ਵੀ ਨਹੀਂ ਗਿਰਦੇ, ਸਹੀ ਗੱਲ। ਇਹ ਅਸੀਂ ਕਹਿ ਸਕਦੇ ਹਾਂ ਵੀ ਇਹ ਬੜਾ ਇੱਕ ਹਲਕੇ ਕਿਸਮ, ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਵਜੋਂ ਜਿਹੜਾ ਜਾਣਿਆ ਜਾਂਦਾ ਹੈ, ਅਤੇ ਜਿਹੜੀ ਵੀ ਤੁਸੀਂ ਖਬਰ ਦਿੰਦੇ ਆ ਉਹਦੀ ਘੱਟੋ ਘੱਟ ਪੁਸ਼ਟੀ ਤਾਂ ਹੋਣੀ ਚਾਹੀਦੀ ਹੈ, ਜਾਂ ਤੁਸੀਂ ਅੱਖਾਂ ਬੰਦ ਕਰਕੇ ਇਹੋ ਜਿਹੀਆਂ ਖਬਰਾਂ ਛਾਪੋਗੇ ਤਾਂ ਕਿਤੇ ਨਾ ਕਿਤੇ ਤੁਸੀਂ ਕੌਮਾਂ ਦੇ ਵਿੱਚ ਜਿਹੜੀ ਜ਼ਹਿਰ ਦੀ ਭਾਵਨਾ ਹੈ ਉਹ ਤੁਸੀਂ ਉਗਲਦੇ ਹੋ ਅਤੇ ਉਹਦਾ ਨੁਕਸਾਨ ਕਿਤੇ ਨਾ ਕਿਤੇ ਉਸ ਖਿੱਤੇ ਨੂੰ ਉਸ ਕੌਮੀਅਤ ਨੂੰ ਜਿਹੜਾ ਹੈ ਝੱਲਣਾ ਪੈਂਦਾ ਹੈ, ਅਤੇ ਜ਼ਰੂਰ ਮੀਡੀਆ ਨੂੰ ਇਸ ਦੇ ਬਾਰੇ ਜਿਹੜੀ ਹੈ ਸੋਚ ਵਿਚਾਰ ਕਰਨੀ ਚਾਹੀਦੀ ਹੈ।